ਦੁਆ ਕਰਦੇ ਹੋ, ਫਿਰ ਵੇਖਾਂਗੇ ਅਗਰ ਪੜ੍ਹਨ ਦੀ ਜ਼ਰੂਰਤ ਪਈ ਤਾਂ ਪੜ੍ਹ ਜਾਵਾਂਗੇ। ਵੋ ਜਿਸ ਕੀ ਠੋਕੇ ਕਾ ਦੂਸਰਾ ਨਾਮ ਜ਼ਿੰਦਗੀ ਹੈ, ਵੋ ਬਸ ਅਲੀ ਹੈ। ਹੱਥ ਉਠਾ ਕੇ ਸਾਰੇ ਬੋਲੋ ਅਲੀ ਲਾਲ ਕਲੰਦਰ। ਅਦਬ ਪੜ੍ਹਨ ਦਾ ਕਿਬਲਾ ਦੀਆਂ ਲਫ਼ਜ਼ਾਂ ਦੀ ਮੇਰੀ ਜ਼ਾਕਰੀ ਹੈ, ਦੁਆ ਫਰਮਾਣਾ। ਕੌਣ ਅਲੀ ਜਿਹੜਾ ਪਚਾ ਜਾਵੇ ਉਹ ਦੁਆ ਕਰੇ, ਜਿਹੜਾ ਨਾ ਪਚਾਵੇ ਉੱਠ ਕੇ ਜਾ ਸਕਦਾ ਹੈ। ਬਾਬਾ ਇਸ ਤੋਂ ਵੱਡੀ ਸਤਰ ਮੇਰੀ ਡਾਇਰੀ ਵਿੱਚ ਨਹੀਂ। ਸਰ ਉਠਾਣਾ ਜਿਤਨੇ ਹਲਾਲੀ ਮਵਾਲੀ ਬੈਠੇ ਹੋ। ਬਸ਼ਰ ਕਾ ਇਦਰਾਕ ਜਿਸ ਹਕੀਕਤ ਸੇ ਅਜਨਬੀ ਹੈ, ਵੋ ਬਸ ਅਲੀ ਹੈ। ਮੈਨੂੰ ਵੇਖਣਾ ਭਾਈ, ਯਕੀਨ ਹੈ ਮੁਝਕੋ ਜੋ ਜ਼ਾਤ ਆਯਾਤ ਭੇਜਦੀ ਹੈ, ਵੋ ਬਸ ਅਲੀ ਹੈ। ਹੱਥ ਉਠਾ ਕੇ ਸਾਰੇ ਬੋਲੋ ਹੈਦਰੀ। ਬਸ ਭਾਈ ਨੌਕਰੀ ਤਮਾਮ ਇੱਕ ਦੇਖ ਵੈਣ ਲਾਲੇ ਵਾਲੇ ਨੇ ਵਰਕਰੀ। ਮਿੱਟੀਆਂ ਤੇ ਬਹਿ ਕੇ ਮੰਗੇ ਭੈਣ ਅਕਬਰ ਦੀਏ ਦੁਆ, ਖੈਰ ਨਾਲ ਵਲੇ ਤੇਰਾ ਕਾਫਿਲਾ। ਮਿੱਟੀਆਂ ਤੇ ਬਹਿ ਕੇ ਮੰਗੇ ਭੈਣ ਅਕਬਰ ਦੀਏ ਦੁਆ, ਖੈਰ ਨਾਲ ਵਲੇ ਤੇਰਾ ਕਾਫਿਲਾ। ਮਿੱਟੀਆਂ ਤੇ ਬਹਿ ਕੇ ਮੰਗੇ ਭੈਣ ਅਕਬਰ ਦੀਏ। ਜਿਹੜਾ ਨੀਤ ਕਿਹਾ ਹੈ ਕਲਾ ਨਾ ਸੀ ਇੱਕ ਵੈਣ ਤੇ ਤਾਲਵੇ ਦੁਆ, ਵਲੇ ਤੇਰਾ ਕਾਫਿਲਾ। ਮਿੱਟੀਆਂ ਤੇ ਬਹਿ ਕੇ ਮੰਗੇ ਭੈਣ ਅਕਬਰ ਦੀਏ ਦੁਆ, ਖੈਰ ਨਾਲ ਵਲੇ ਤੇਰਾ ਕਾਫਿਲਾ। ਪਿਆ ਛੁੱਟੀ ਕੈ ਤਰੇ ਸਾਲ ਦੀ ਬੁੱਢੜੇ ਜ਼ਹਰਾ ਦੀ ਵਦਾ ਲੱਭਦਾ ਕਬਰ ਸਜਾ। ਮਾਤਮੀ ਤੇ ਹੱਥਸੀਨੇ ਤੇ ਆਵੇ ਜਾਂ ਸਰ ਤੇ ਆਵੇ। ਤਰੇ ਸਾਲ ਦੀ ਬੁੱਢੜੇ ਜ਼ਹਰਾ ਦੀ ਵਦਾ ਲੱਭਦਾ ਕਬਰ। ਮੈਂ ਬਿਸਮਿਲਲਾ ਕਰਾਂ ਕਬਰ। ਅਲਹਮਦੁਲਿਲਾ ਅਲਹਮਦੁਲਿਲਾ ਅੱਲਾ ਵਾਸਤੇ ਗਲਵੈਣ ਸੁਣਨਾ। ਅਦਾ ਪਿਆ ਇੱਕ ਕਬਰ ਤੇ ਆ ਕੇ ਉਹ ਜਾਣ ਪਾਉਂਦਾ ਏ, ਘਰ ਗੁਜ਼ਰਿਆ ਵੇਲਾ ਯਾਦ ਏ, ਸੈਯਦਾ ਦੇ ਨੇਤ ਗਿਣਦੀ ਹਾਏ, ਤੂੰ ਪੰਜ ਵਾਰੀ ਮੇਰੇ ਜ਼ਖਮਾਂ ਦਿੱਤਾ। ਸੈਯਦਾ ਦੇ ਨੇਤ ਪੁੱਛਦੀ ਆਵੇ ਸਜਾਦ, ਕਹਿਦਾ ਕਦਾ ਛੁੱਟਸੇ।